की रीजन है जिहड़ा तुसीं अज इत्थे भुख हड़ताल ते पता लग्गिया कि काफ़ी लंबे समय तो तुसीं बैठ रहे हो? सानूं आ जिहड़े 6-7 साल तो इन्नी ज़्यादा परेशानी हुई भी आ भी साडियां गलियां नालियां दा बहुत बुरा हाल आ। ਫਿਰ ਮੰਗਾਂ ਲੈ ਕੇ MLA ਸਾਹਿਬ ਕੋਲ, ਕੁਲਜੀਤ ਸਿੰਘ ਨਾਗਰਾ ਕੋਲ ਜਾਂ ਹੋਰ ਪ੍ਰਸ਼ਾਸਨ ਕੋਲ ਤੁਸੀਂ ਨੇ ਪਹੁੰਚ ਕੀਤੀ? ਕੋਈ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ? ਜੇ ਕਿਤੇ ਇਹਨਾਂ ਦਾ ਕੈਂਡੀਡੇਟ ਕਿਤੇ ਸਾਡੇ ਮਹੱਲੇ 'ਚ ਆ ਜਾਵੇ ਉਹਨੂੰ ਅਸੀਂ ਸਬਕ ਸਿਖਾ ਦਈਏ ਵੀ ਵੋਟਾਂ ਲੈ ਕੇ ਕਿਵੇਂ ਜਾਈਦੀਆਂ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ MLA ਸਾਹਿਬ ਨੇ ਤੁਹਾਡੇ ਤੱਕ ਪਹੁੰਚ ਕਰਕੇ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ? ਅਧਿਕਾਰੀ ਤਾਂ ਆਊਗਾ ਨਾ, ਜੇ MLA ਭੇਜੇ ਜਾਣ ਦਊਗਾ ਉਹਰੇ, ਉਹ ਆਣੇ ਨਹੀਂ ਦੇ ਰਿਹਾ ਉਹਰੇ। ਕੁਲਜੀਤ ਸਿੰਘ ਨਾਗਰਾ ਕਹਿੰਦੇ ਨੇ ਕਿ ਦੋ ਵਾਰ ਇੱਥੇ ਤੋਂ MLA ਜਿੱਤ ਕੇ ਬਹੁਤ ਕੰਮ ਕੀਤੇ ਨੇ, ਉਹਨਾਂ ਦੀ ਵਰਡਿੰਗ ਆ ਕਿ ਮੈਂ ਤੀਜੀ ਵਾਰ ਵੀ ਇੱਥੋਂ ਲੋਕ ਮੈਨੂੰ ਫਤਵਾ ਦੇ ਕੇ ਜਿਹੜਾ ਵਿਧਾਨ ਸਭਾ ਭੇਜਣ। ਔਰ ਕੁਲਜੀਤ ਸਿੰਘ ਨਾਗਰਾ ਨੂੰ ਜਿਹੜਾ ਤੁਸੀਂ ਕਹਿੰਦੇ 3 ਸਾਲ ਬਾਅਦ ਤੀਜੀ ਵਾਰ ਟਰਮ 'ਚ ਉਹ ਕਹਿੰਦੇ ਸੀ ਜਿੱਤ ਕੇ ਆਉਣਾ, ਇਹ ਲੋਕ ਜਵਾਬ ਦੇਣ ਲਈ ਤਿਆਰ ਬੈਠੇ ਨੇ। ਕੀ ਮੰਗ ਹੈਗੀ ਆ ਅਤੇ ਕਿੱਥੇ ਕਿੱਥੇ ਹਾਲੇ ਤੱਕ ਜਿਹੜੀ ਆ ਮੰਗਾਂ ਮਨਵਾਉਣ ਦੇ ਲਈ ਮਹੱਲਾ ਨਿਵਾਸੀਆਂ ਨੇ ਪਹੁੰਚ ਜਿਹੜੀ ਆ ਕੀਤੀ? ਵਾਰ ਵਾਰ ਮਹੱਲਾ ਨਿਵਾਸੀ ਆਪਣੇ ਸਾਈਨ ਕਰਕੇ ਦੇ ਚੁੱਕੇ ਹਾਂ, ਪਰ ਇਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ, ਮੈਂ ਸੰਸਾਰਦੀਪ। ਪੰਜਾਬ ਦੀ ਸਰਕਾਰ ਬਣੀ ਨੂੰ 4.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਤਕਰੀਬਨ 6 ਮਹੀਨੇ ਤੋਂ ਵੀ ਜੇ ਦੇਖੀਏ ਤਾਂ ਘੱਟ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਦੇ ਇਸ ਕਾਰਜਕਾਲ ਦੇ ਵਿੱਚ ਬਾਕੀ ਆ। ਫਰਵਰੀ ਮਾਰਚ ਦੇ ਵਿੱਚ ਜਿਹੜੀਆਂ 2022 ਦੇ ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਹੋ ਜਾਣੀਆਂ ਨੇ। ਤਕਰੀਬਨ ਅੱਜ ਦੇ ਸਮੇਂ ਦੇ ਵਿੱਚ ਟੀਚਰਸ ਤੋਂ ਦੇਖੀਏ ਹਰ ਵਰਗ ਜਿਹੜਾ ਸੜਕਾਂ ਦੇ ਉੱਪਰ ਉਤਰਨ ਦੇ ਲਈ ਮਜਬੂਰ ਹੋ ਚੁੱਕੇ ਆ। ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਦੇ ਕਾਰਗੁਜ਼ਾਰੀ ਤੋਂ, ਪੰਜਾਬ ਸਰਕਾਰ ਦੇ ਕੀਤੇ ਕੰਮਾਂ ਤੋਂ ਜਿਹੜਾ ਨਿਰਾਸ਼ ਹੈ, ਕਿਤੇ ਨਾ ਕਿਤੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਆਮ ਆਦਮੀ ਪਾਰਟੀ ਵੱਲੋਂ ਸਰਹੰਦ ਸ਼ਹਿਰ ਦੇ 13 ਨੰਬਰ ਵਾਰਡ ਦੇ ਵਿੱਚ ਅਸੀਂ ਮੌਜੂਦ ਹਾਂ। ਆਮ ਆਦਮੀ ਪਾਰਟੀ ਵੱਲੋਂ ਧਰਨਾ ਲਾਇਆ ਗਿਆ, ਭੁੱਖ ਹੜਤਾਲ 'ਤੇ ਪਤਾ ਲੱਗਿਆ ਕਿ ਬੈਠੇ ਨੇ, ਮੁੱਦੇ ਕੀ ਨੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪਵਨ ਕੁਮਾਰ ਜੀ। ਪਵਨ ਜੀ, ਕੀ ਰੀਜ਼ਨ ਆ ਜਿਹੜਾ ਤੁਸੀਂ ਅੱਜ ਇੱਥੇ ਭੁੱਖ ਹੜਤਾਲ 'ਤੇ ਪਤਾ ਲੱਗਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਤੁਸੀਂ ਬੈਠ ਰਹੇ ਹੋ? ਸਾਡਾ ਰੀਜ਼ਨ ਇਹ ਹੈ ਜੀ ਵੀ ਅਸੀਂ ਘੱਟੋ ਘੱਟ ਅਸੀਂ 50-60 ਸਾਲ ਤੋਂ ਉਰੇ ਵਸਨੀਕ ਹਾਂ, ਔਰ ਸਾਨੂੰ ਆਹ ਜਿਹੜੇ 6-7 ਸਾਲ ਤੋਂ ਇੰਨੀ ਜ਼ਿਆਦਾ ਪਰੇਸ਼ਾਨੀ ਹੋਈ ਵੀ ਆ ਵੀ ਸਾਡੀਆਂ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਆ। ਇਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ, MLA ਨੂੰ, ਹੋਰ ਜਿੰਨੇ ਵੀ ਪੁਰਾਣੇ MC ਆ, ਬੜੀਆਂ ਮਿਹਨਤਾਂ ਤਰਲੇ ਕਰਦੇ ਆ ਰਹੇ ਹਾਂ, ਪਰ ਇਹਨਾਂ ਦੇ ਕੋਈ ਯਾਦ ਚੇਤੇ ਨਹੀਂ ਵੀ ਇਹ ਮਹੱਲਾ ਹੈਗਾ। ਚਲੋ ਹੁਣ ਤਾਂ ਚਲੋ ਗੱਲ ਇਹ ਹੈ ਵੀ ਹੁਣ ਵੀ ਐਸੀ ਰਾਜਨੀਤੀ ਇਹੋ ਜਿਹੀ ਹੋ ਗਈ ਵੀ ਇਹਨਾਂ ਨੇ ਸਾਡੇ ਨਾਲ ਪੂਰੀ ਲਾਗ ਰਾਟੇ ਕਰ ਲਈ, ਕਿਉਂਕਿ ਦੇਖੋ ਕੰਮ ਤਾਂ ਇਹਦੇ ਕਰੇ ਹੀ ਨਹੀਂ ਹੈਗੇ 4.5 ਸਾਲ ਤੋਂ ਇਹਨਾਂ ਨੇ। ਹੁਣ ਵੋਟਾਂ ਪਈਆਂ MC ਦੀਆਂ ਜਾਂ MC ਦੀਆਂ ਵੋਟਾਂ ਪਈਆਂ, ਇਹਨਾਂ ਦੇ ਜਿਹੜਾ ਕੈਂਡੀਡੇਟ ਦੀ ਆ ਉਹ ਬਹੁਤ ਬੁਰੀ ਤਾਂ ਹਾਰ ਗਿਆ। MLA ਨੇ ਵੀ ਬਹੁਤ ਜ਼ੋਰ ਲਾਇਆ, ਸਾਨੂੰ ਡਰਾਏ ਵੀ, ਧਮਕਾਏ ਵੀ, ਪਰ ਉਹਦਾ ਕਿਸੇ ਨੇ ਗੌਰ ਹੀ ਨਹੀਂ ਕੀਤੀ। ਸਾਡੇ ਇੱਥੋਂ ਆਸ਼ਾ ਰਾਣੀ ਜੀ ਜਿੱਤ ਕੇ ਬਹੁਤ ਤਕੜੀ ਲੀਡਰ ਸੀ ਆਮ ਆਦਮੀ ਪਾਰਟੀ ਤੋਂ ਵੱਲੋਂ, ਉਹ ਤੋਂ ਬਾਅਦ ਤਾਂ ਜੀ ਇਹਨਾਂ ਦੇ ਛਾਪਾ ਪੈ ਗਿਆ ਗਲ ਦੇ ਵਿੱਚ ਬਹੁਤ ਤਕੜਾ ਵੀ ਇਹਨਾਂ ਨੇ ਕੰਮ ਕਰਨੇ ਹੀ ਛੱਡਤੇ ਹੈਗੇ ਵੀ ਚੰਗੇ ਭਲੇ ਟੈਂਡਰ ਹੋਏ ਪਿਆ, ਸਾਰਾ ਕੁਛ ਹੋਇਆ ਵਾ, ਇੱਥੇ ਲਿਆ ਕੇ ਮਿੱਟੀ ਵੀ ਟਰਾ ਦੀ, ਉਹ ਇੱਟਾਂ ਵੀ ਪਈਆਂ, ਪਰ ਠੇਕੇਦਾਰ ਨੂੰ ਫਿਰ ਭਜਾ ਦਿੰਦੇ ਹਾਂ, 3 ਵਾਰ ਅਸੀਂ ਠੇਕੇਦਾਰ ਆਇਆ ਪਰ ਇਹਨਾਂ ਨੇ ਉਹ ਲੱਗਣ ਨਹੀਂ ਦਿੱਤਾ। ਚਲੋ ਅਸੀਂ ਤਾਂ ਦੇਖੋ ਨਰਕ ਦੀ ਜ਼ਿੰਦਗੀ ਭੋਗ ਰਹੇ ਹਾਂ, ਪਾਣੀ ਇੱਥੇ ਗੋਡੇ ਗੋਡੇ ਪਰਸੋਂ ਖੜਿਆ, ਸਾਰੇ ਮੀਡੀਆ ਨੇ ਚੰਗੀ ਤਰ੍ਹਾਂ ਦੇਖਿਆ ਕਿ ਬੁਰੇ ਹਾਲ ਬਾਂਕੇ ਦੇ ਹਾੜੇ ਆ, ਔਰ ਫਿਰ ਗਲੀਆਂ ਨਿਆਣੇ ਬੁਰੇ ਹਾਲ ਬਾਂਕੇ ਦੇ ਹਾੜੇ ਕੀਤੇ ਵੀ ਇਹਨਾਂ ਨੇ ਘਰਾਂ 'ਚ ਸਾਡੇ ਗੋਡੇ ਗੋਡੇ ਪਾਣੀ ਖੜਦਾ, ਜਾਂ ਤੁਹਾਡੇ ਕੋਲ ਸਾਰਾ ਕੁਛ ਹੈਗਾ ਜਾਂ ਤਾਂ ਸੀਵਰੇਜ ਨੂੰ ਕੰਮ ਸਾਡਾ ਕੰਮੇ ਨਾ ਕਰਨ ਦਿੰਦੇ। ਮੰਗ ਲੈ ਕੇ ਤੁਸੀਂ ਜਿਹੜੀਆਂ ਮੰਗਾਂ ਤੁਸੀਂ ਦੱਸ ਰਹੇ ਹੋ, ਮੰਗਾਂ ਲੈ ਕੇ MLA ਸਾਹਿਬ ਕੋਲ, ਕੁਲਜੀਤ ਸਿੰਘ ਨਾਗਰਾ ਕੋਲ ਜਾਂ ਹੋਰ ਪ੍ਰਸ਼ਾਸਨ ਕੋਲ ਤੁਸੀਂ ਨੇ ਪਹੁੰਚ ਕੀਤੀ, ਕੋਈ ਉਹਨਾਂ ਨੂੰ ਮੰਗ ਪੱਤਰ ਵਗੈਰਾ ਦਿੱਤੇ ਨੇ? ਜਦ MC ਦੀਆਂ ਵੋਟਾਂ ਦੀਆਂ ਨਾ ਜੀ, MLA ਸਾਹਿਬ ਆਏ ਇੱਥੇ ਬਹੁਤ ਤੜਾ ਲੈਕਚਰ ਦਿੱਤਾ, ਬੜੀਆਂ ਸਾਨੂੰ ਵਧਾਈਆਂ ਦਿੱਤੀਆਂ, ਆ ਤੁਹਾਡੀ ਸੜਕ ਦਾ ਟੈਂਡਰ ਮਨਜ਼ੂਰ ਕਰਤਾ ਜੀ, 28 ਕਰੋੜ ਦਾ, 28 ਕਰੋੜ ਦਾ ਪਤਾ ਨਹੀਂ ਜਿਉਂ ਮਾਰੀ ਆ, ਸਾਰੇ ਸ਼ਹਿਰ ਦਾ ਮੈਂ 100 ਕਰੋੜ ਦਾ ਬਜਟ ਲਿਆਇਆ, ਨਾ ਤਾਂ ਸੜਕ ਬਣੀ ਆ, ਸੜਕ ਦਾ ਸਭ ਤੋਂ ਬੁਰਾ ਹਾਲ ਦੇਖੋ, ਟੁੱਟੀਆਂ ਹੋਈਆਂ ਸੜਕਾਂ, ਅਸੀਂ ਆਪ ਇਹਦੇ ਵਿੱਚ ਰੋੜੀ ਪੱਟੀ ਭਰਦੇ ਹਾਂ, ਗਲੀਆਂ ਦਾ ਸਾਰਿਆਂ ਦਾ ਬੁਰਾ ਹਾਲ ਆ, ਇਹ ਕਹਿੰਦੇ ਬਕਵਾਸ ਆ, ਮੈਂ ਤਾਂ ਕਹਿੰਦਾ ਬਕਵਾਸ ਮਾਰਦੇ ਆ ਸਾਰੀ, ਕੋਈ ਬਕਵਾਸ ਬਕੂਸ ਨਹੀਂ ਇੱਥੇ ਹੋਇਆ, ਨਿਰੀ ਬਕਵਾਸ ਆ ਇਹਨਾਂ ਦੀ, ਸਾਨੂੰ ਤਾਂ ਅੰਤ 'ਤੇ ਦੁਖੀ ਹਾਂ। ਜੇ ਕਿਤੇ ਇਹਨਾਂ ਦਾ ਕੈਂਡੀਡੇਟ ਕਿਤੇ ਸਾਡੇ ਮਹੱਲੇ 'ਚ ਆ ਜਾਵੇ ਉਹਨੂੰ ਅਸੀਂ ਸਬਕ ਸਿਖਾ ਦਈਏ ਵੀ ਵੋਟਾਂ ਲੈ ਕੇ ਕਿਵੇਂ ਜਾਈਦੀਆਂ, ਆ ਮੂਹਰੇ ਆ ਗਈਆਂ ਵੋਟਾਂ ਪਾਈਦੀਆਂ, ਅਗਰ ਸਿਖਾ ਦਾਂਗੇ। ਫਿਰ ਤੁਹਾਡੇ ਕੋਲ ਵੱਲੋਂ ਕੀ ਕਦਮ ਚੱਕੇ ਜਾ ਰਹੇ ਨੇ? ਪਤਾ ਲੱਗਿਆ ਕਿ ਤੁਸੀਂ ਭੁੱਖ ਹੜਤਾਲ 'ਤੇ ਰੋਜ਼ ਬਹਿੰਦੇ ਹੋ, ਕਦੋਂ ਤੋਂ ਬੈਠ ਰਹੇ ਹੋ? ਮੈਂ 10 ਤਰੀਕ ਤੋਂ ਬੈਠਾ ਜੀ। ਦੇਖੋ ਗੱਲ ਇਹ ਜੀ ਵੀ ਕਰੋਨਾ ਕਾਲ ਚੱਲ ਰਿਹਾ ਸੀਗਾ, ਐਂ ਬੈਠੇ ਸਾਥੀ ਬਹੁਤ ਸਾਰੇ ਸੀ ਤਿਆਰ ਵੀ ਦੇਖੋ ਦੁਕਾਨਦਾਰੀਆਂ ਸਭ ਦੀਆਂ ਬੰਦ ਪਈਆਂ, ਮੈਂ ਸਭ ਨੂੰ ਕਹਿੰਦਾ ਲੋੜ ਹੀ ਨਹੀਂ ਹੈਗੀ ਜੀ ਵੀ ਤੁਸੀਂ ਆਪਣੇ ਕੰਮ ਕਾਜ ਕਰੋ, ਮੈਂ ਬੈਠਾ ਇੱਥੇ। ਸਾਰੇ ਹਾਂ ਮੈਂ ਸਾਰੇ ਲੜਾਈ ਲੜਨਾ ਵੀ ਦੇਖੋ ਗੱਲ ਆ, 1.5 ਸਾਲ ਹੋ ਗਏ ਲੋਕ ਤੜਫਦੇ ਆ, ਠੀਕ ਹੈ ਨਾ, ਕਿਹਨਾਂ ਨੇ ਕਿਹੜਾ ਕੋਈ ਚੀਜ਼ ਦੀ ਮਦਦ ਕਰਤੀ, ਹੁਣ ਅਗਲਾ ਦੁਕਾਨਾਂ 'ਤੇ ਖੋਲ੍ਹੇ, ਦੁਕਾਨਾਂ 'ਤੇ ਜਾਵੇ, ਦੁਕਾਨਦਾਰ ਬਣਾਏ ਸਾਰੇ, ਠੀਕ ਹੈ ਨਾ, ਕਿ
ਇਸ ਕਰਕੇ ਮੈਂ ਬੈਠਾ ਉਹ ਕੋਈ ਆਪਾਂ ਨੂੰ ਕਹਿੰਦੇ ਰੱਬ ਹੀ ਦੇਣਾ ਠੀਕ ਠਾਕ ਆਪਾਂ ਕਿੰਨੀ ਦੇਰ ਤੱਕ ਜਿਹੜੀ ਭੁੱਖ ਹੜਤਾਲ ਚੱਲੂਗਾ ਜੀ ਜਦ ਤੱਕ ਸਾਡੇ ਠੇਕੇਦਾਰ ਪੂਰੇ ਨਹੀਂ ਆ ਕੇ ਵੱਟਦਾ ਚਾਹੇ ਸਾਲ ਨੂੰ ਆ ਕੇ ਵੜੇ ਮੈਂ ਇੱਥੇ ਬੈਠਾ ਲੰਬਾ ਸੰਘਰਸ਼ ਮੈਂ ਕਿਹਾ ਜਦ ਤੱਕ ਜੀ ਬਸ ਤੁਸੀਂ 10 ਤਰੀਕ ਤੋਂ ਭੁੱਖ ਹੜਤਾਲ ਤੇ ਬੈਠ ਰਹੇ ਹੋ ਲਗਾਤਾਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ MLA ਸਾਹਿਬ ਨੇ ਤੁਹਾਡੇ ਤੱਕ ਪਹੁੰਚ ਕਰਕੇ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਅਧਿਕਾਰੀ ਭੇਜਣਾ ਕਿਨੇ ਆ ਅਧਿਕਾਰੀ ਤਾਂ ਆਊਗਾ ਨਾ ਜੇ MLA ਭੇਜੇ ਜਾਣ ਦਊਗਾ ਉਰੇ ਉਹ ਆਣੇ ਨਹੀਂ ਦੇ ਰਿਹਾ ਉਰੇ ਕੋਈ ਇੰਨਾ ਸਾਡੇ ਕੋਲ EO ਨਹੀਂ ਆਇਆ ਕੋਈ ATM ਸਾਹਿਬ ਨਹੀਂ ਆਏ ਕੋਈ DC ਸਾਹਿਬ ਨਹੀਂ ਆਏ ਉਹ ਐਡਾ ਹਾਹਾਕਾਰ ਮੀਤੀ ਵੀ ਹੋਵੇ ਸਾਰੇ ਸ਼ਹਿਰ ਦੇ ਵਿੱਚ ਹੈ ਤੁਸੀਂ ਹੁਣ ਲੋਕਾਂ ਦੀ ਮੌਤਾਂ ਦੇਖਣਾ ਚਾਹੁੰਦੇ ਆ ਮੌਤ ਤੋਂ ਬਾਅਦ ਫਿਰ ਆਉਂਗੇ ਵੀ ਅਸੀਂ ਤੁਹਾਨੂੰ ਆਹ ਲਓ ਜੀ 10,000 ਦਾ ਫੰਡ ਦੇ ਦਿੱਤਾ ਇਹ ਤੋਂ ਬਾਅਦ ਕਿਸੇ ਨੂੰ ਦੇਣਾ ਵੀ ਨਹੀਂ ਹੈਗਾ ਹੈ ਲੋਕਾਂ ਨੂੰ ਮਰਨਿਆਂ ਦੇਖਣ ਦੇ ਪਾਣੀ ਰੁੱਬ ਕੇ ਮਰ ਗਏ ਲੋਕ ਹੈ ਕਿਹਦਾ ਮਕਾਨ ਗਿਰੂ ਹੋਏ ਉਹ ਤਮਾਸਾ ਦੇਖਣਾ ਚਾਹੁੰਦੇ ਆ ਸਾਡਾ ਹੋਰ ਇਹਨਾਂ ਕਿਹਾ ਆਹ ਮੈਡਮ ਦੇਖ ਕੇ ਗੀਤ ਗਏ ਸੀ ਆਹ ਜਿੰਨੇ ਵੀ ਸਾਰੇ ਸੀਵਰੇ ਪੁਰਾਣੇ ਬਣੇ ਹੋਏ ਆ ਕਿਸੇ ਨੂੰ ਤਾਂ ਪਲਸਤਰ ਨਹੀਂ ਹੋਇਆ ਵਾ ATM ਸਾਹਿਬ ਵੀ ਵੇਖ ਕੇ ਗਏ ਤੇ ਉਸ ਟਾਈਮ ਦੂਜਾ ਨਾਲ ਮੈਡਮ ਆਏ ਸੀਗੇ MLA ਦੇ ਘਰੋਂ ਠੀਕ ਹੈ ਨਾ ਉਹ ਕੁਛ ਹੋਏ ਉਹ ਤੋਂ ਬਾਅਦ ਹੋਇਆ ਨਹੀਂ ਕੁਛ ਜ਼ਿਆਦਾ ਦੇਖ ਕੇ ਗਿਆ ਫਾਇਦਾ ਅਲੈਟਾਂ ਦਾ ਹਾਲ ਬੁਰਾ ਹੈ ਤਾਂ ਇਹ ਕਹਿੰਦਾ ਤੁਹਾਡੇ ਮਿਹਨਤ ਤਰਲੇ ਵੀ ਕਰਦੇ ਸਭ ਕੁਝ ਕਰ ਲਿਆ ਹੁਣ ਤਾਂ ਘੱਟੋ ਘੱਟ ਇਹ ਰਾਜਨੀਤੀ ਛੱਡ ਦਿਓ ਬਦਲੇ ਦੀ ਤੁਹਾਡੀ ਬਦਲੇ ਕਰਕੇ ਸਾਡਾ ਮਹੱਲਾ ਬਦਲ ਗਿਆ ਕਾਂਗਰਸ ਤੋਂ ਆਮ ਆਦਮੀ ਪਾਰਟੀ ਕਹਿੰਦੀ ਸਾਰਾ ਮਹੱਲਾ ਝੁੱਕਿਆ ਆ ਕਰਾਂਗੇ ਅਸੀਂ ਪ੍ਰੋਗਰਾਮ 55-60 ਪਰਿਵਾਰ ਇੱਥੇ ਸਾਰੇ ਅਸੀਂ ਬੁਲਾਵਾਂਗੇ ਰਾਏ ਸਾਹਿਬ ਨੂੰ ਇਹਨਾਂ ਦੇ ਸਾਹਮਣੇ ਸਾਰੇ ਸਪੁਰਦਾਰੀ ਕਰਾਂਗੇ ਵੀ ਆਹ ਬੰਦੇ ਅਸੀਂ ਸਾਰੇ ਤੁਹਾਡੇ ਨਾਲ ਆ ਮੁਹੱਲਾ ਨਿਵਾਸੀਆਂ ਦੀਆਂ ਸਮੱਸਿਆਵਾਂ ਆਪਾਂ ਨੇ ਸੁਣੀਆਂ ਹੋਰ ਮੁਹੱਲਾ ਨਿਵਾਸੀ ਨੇ ਬਾਈ ਜੀ ਧਰਨੇ ਪ੍ਰਦਰਸ਼ਨ ਲਗਾਤਾਰ ਕਰਨੇ ਪੈ ਰਹੇ ਨੇ ਟੀਚਰਸ ਦਾ ਚਾਹੇ ਧਰਨਾ ਹੋਵੇ ਸਰਹੰਦ ਦੇ ਵਿੱਚ ਵੀ ਗੱਲ ਕਰੀਏ ਕਾਫੀ ਧਰਨੇ ਨੇ ਮੁਹੱਲਾ ਨਿਵਾਸੀਆਂ ਨੂੰ ਕੀ ਮੰਗ ਹੈਗੀ ਆ ਅਤੇ ਕਿੱਥੇ ਕਿੱਥੇ ਹਲੇ ਤੱਕ ਜਿਹੜੀ ਆ ਮੰਗਾਂ ਮਨਵਾਉਣ ਦੇ ਲਈ ਮੁਹੱਲਾ ਨਿਵਾਸੀਆਂ ਨੇ ਪਹੁੰਚ ਜਿਹੜੀ ਆ ਕੀਤੀ ਆ ਮੁਹੱਲਾ ਨਿਵਾਸੀਆਂ ਨੇ ਅਤੇ ਨਾਲ ਅਸੀਂ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਨਗਰ ਕੌਂਸਲ ਦੇ ਵਿੱਚ ਦੇ ਚੁੱਕੇ ਹਾਂ SDM ਸਾਹਿਬ ਨੂੰ DC ਸਾਹਿਬ ਨੂੰ ਸਾਰੇ ਕਿਤੇ ਦੇ ਚੁੱਕੇ ਹਾਂ ਬਾਰ ਬਾਰ ਮੁਹੱਲਾ ਨਿਵਾਸੀ ਆਪਣੇ ਸਾਈਨ ਕਰਕੇ ਦੇ ਚੁੱਕੇ ਹਾਂ ਪਰ ਇਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ ਇਹ ਪੱਖਪਾਤ ਕੀਤਾ ਜਾ ਰਿਹਾ MLA ਸਾਹਿਬ ਵੱਲੋਂ ਉਹਨਾਂ ਦੀ ਧਰਮ ਪਤਨੀ ਵੱਲੋਂ ਕਿ ਇਸ ਮੁਹੱਲੇ ਦਾ ਅਸੀਂ ਕੰਮ ਨਹੀਂ ਹੋਣ ਦੇਣਾ ਉਹਨਾਂ ਨੇ ਕੋਈ ਵਧੀਆ ਰਾਜਨੀਤੀ ਨਹੀਂ ਕੀਤੀ ਬਸ ਲੋਕਾਂ 'ਤੇ ਪਰਚੇ ਦਰਜ ਕਰਾਉਣਾ ਜਾਣਦੇ ਨੇ ਅਤੇ ਅਖਬਾਰਾਂ 'ਚ ਫੋਟੋਆਂ ਲਵਾਉਣਾ ਜਾਣਦੇ ਨੇ ਵੀ ਅਸੀਂ ਆਹ ਕਰਤਾ ਉਹ ਕਰਤਾ ਮੈਂ MLA ਸਾਹਿਬ ਨੂੰ ਕਹਿੰਦਾ ਵੀ ਤੁਸੀਂ ਗਰਾਊਂਡ ਲੈਵਲ 'ਤੇ ਆਓ ਮੇਰੇ ਨਾਲ ਚੱਲੋ ਮੁਹੱਲੇ ਜਿੱਥੇ ਜਿੱਥੇ ਜਾਣਾ ਤੁਹਾਨੂੰ ਮੈਂ ਦਿਖਾ ਦਾਂ ਵੀ ਕਿੱਥੇ ਕਿੱਥੇ ਆਹ ਲੋਕ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ ਤੁਸੀਂ ਨਿਕਲੋ ਤਾਂ ਸਹੀ ਬਾਹਰ ਤੁਸੀਂ ਤਾਂ ਮੋਹਾਲੀ ਕੋਠੀ 'ਚ ਵੜ ਕੇ ਬੈਠੇ ਹੋ ਅਤੇ ਬਾਹਰ ਤਾਂ ਆਓ ਮੁਹੱਲਿਆਂ 'ਚ ਆਓ ਤਾਂ ਸਹੀ ਬਸ ਫੋਨਾਂ 'ਤੇ ਹੀ ਸੁਣ ਲੈਂਦੇ ਹੋ ਵੀ ਹਾਂ ਕੰਮ ਹੋ ਗਿਆ ਆਹ ਹੋ ਗਿਆ ਬਸ ਹੋਰ ਕੋਈ ਤੁਹਾਨੂੰ ਕੰਮ ਹੀ ਨਹੀਂ ਅਗਲਾ ਕਦਮ ਕੀ ਹੋਊਗਾ ਜੇਕਰ ਨਹੀਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਹੁੰਦਾ ਉਹਨਾਂ ਦਾ ਜੇਕਰ ਇਹ ਕੰਮ ਨਹੀਂ ਹੋਊਗਾ ਆਉਣ ਵਾਲੇ ਟਾਈਮ 'ਚ MLA ਸਾਹਿਬ ਨੂੰ ਇੱਥੇ ਵੜਨ ਨਹੀਂ ਦਿੱਤਾ ਜਾਊਗਾ ਗੱਡੀਆਂ ਦੇ ਮੂਹਰੇ ਗੱਡੀ ਰੋਕ ਕੇ ਉਹਨਾਂ ਨੂੰ ਘੇਰਿਆ ਜਾਊਗਾ 4.5 ਸਾਲ ਤੋਂ ਇਹ ਮੁਹੱਲਾ ਨਿਵਾਸੀ ਪਰੇਸ਼ਾਨ ਬੈਠੇ ਨੇ ਅਤੇ MLA ਸਾਹਿਬ ਨੇ ਆ ਕੇ ਇੱਥੇ ਸ਼ਕਲ ਨਹੀਂ ਦਿਖਾਈ ਵੋਟਾਂ ਤੋਂ ਪਹਿਲਾਂ MLA ਸਾਹਿਬ ਦੀ ਧਰਮ ਪਤਨੀ ਆ ਗਈ 2 ਘੰਟੇ ਦੇ ਵਿੱਚ ਉਹਨੇ ਰੇਤੇ ਦੀ ਟਰਾਲੀ ਇੱਥੇ ਸਟਾਤੀ ਉਹ ਰੇਤੇ ਦੀ ਟਰਾਲੀ ਉੱਦਾਂ ਦੀ ਉੱਦਾਂ ਹੀ ਪਈ ਹੈ ਨਾ ਮੁੜ ਕੇ ਧਰਮ ਪਤਨੀ ਆਈ ਅਤੇ ਨਾ ਉਹਨਾਂ ਦੀਆਂ ਟੈਲਾਂ ਆਈਆਂ ਅੱਛਾ ਰੇਤੇ ਦੀ ਟਰਾਲੀ ਉੱਦਾਂ ਦੀ ਉੱਦਾਂ ਹੀ ਪਈ ਹੈ ਉਹ ਗਲੀ ਦੇ ਵਿੱਚ ਪਹਾੜ ਬਣ ਗਈ ਮਿੱਟੀ ਸਾਰੀ ਮੀਂਹ ਪੈ ਗਏ ਪਰ ਦੁਬਾਰਾ MLA ਸਾਹਿਬ ਦੀ ਧਰਮ ਪਤਨੀ ਆ ਕੇ ਇੱਥੇ ਸ਼ਕਲ ਨਹੀਂ ਦਿਖਾਈ ਵੱਡੇ ਐਲਾਨ ਜਿਹੜੇ ਨੇ ਕਰ ਦਿੱਤੇ ਗਏ ਨੇ ਕਿ ਜੇਕਰ MLA ਸਾਹਿਬ ਨੇ ਹੁਣ ਇਹ ਕੰਮ ਨਾ ਕਰਵਾਏ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਨਾ ਹੱਲ ਕਰਵਾਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ MLA ਸਾਹਿਬ ਦਾ ਕੁਲਜੀਤ ਸਿੰਘ ਨਾਗਰਾ ਦਾ ਵੱਡੇ ਤੌਰ 'ਤੇ ਘਰੋ ਕੀਤਾ ਜਾਊਗਾ ਉਹਨਾਂ ਨੂੰ ਮੁਹੱਲੇ ਦੇ ਵਿੱਚ ਜਿਹੜਾ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਮੁਹੱਲਾ ਨਿਵਾਸੀ ਵਾਰਡ ਨੰਬਰ 13 ਦੇ ਲੋਕਲ ਨਿਵਾਸੀ ਸੋਢੀ ਸਾਹਿਬ ਸਾਡੇ ਨਾਲ ਨੇ ਸਰ ਇੰਨੀ ਗਰਮੀ ਬਜ਼ੁਰਗ ਵੀ ਬੈਠੇ ਨੇ ਬੱਚੇ ਵੀ ਬੈਠੇ ਨੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਕੀ ਕਹੋ ਦੇਖੋ ਜੀ ਮੈਂ ਪਿਛਲੇ 10 ਦਿਨਾਂ ਤੋਂ ਜਿਵੇਂ ਇੱਥੇ ਆ ਰਹੇ ਹਾਂ ਇੱਥੋਂ ਦੇ ਮੁਹੱਲਾ ਨਿਵਾਸੀ ਜਿਹੜੇ ਪਵਨ ਕੁਮਾਰ ਜੀ ਪੰਡਿਤ ਜੀ 10 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਆ ਇੱਥੇ ਆਉਣਾ ਹੈ ਦੇਖਣਾ ਹੈ ਕਿ ਰੋਜ਼ ਭੁੱਖ ਹੜਤਾਲ 'ਤੇ ਬੈਠੇ ਹੁੰਦੇ ਆ ਅਤੇ ਜੋ ਇਹਨਾਂ ਨੂੰ ਗਲੀਆਂ ਟੈਂਡਰ ਪਾਸ ਮਿਲਿਆ ਹੋਇਆ ਉਸ ਮੁਤਾਬਕ ਕੰਮ ਨਹੀਂ ਹੋ ਰਿਹਾ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਇਹਨਾਂ ਦਾ ਮੈਂ ਆ ਕੇ ਜੋ ਦੇਖਦਾ ਇਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਤਾਂ ਬਹੁਤ ਹੀ ਮੈਨੂੰ ਲੱਗਦਾ ਹੱਲ ਕਿਸ ਤਰ੍ਹਾਂ ਹੋਊਗਾ ਕਹਿੰਦੇ ਨੇ ਕਿ MLA ਸਾਹਿਬ ਨਹੀਂ ਸੁਣ ਰਹੇ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੰਡਿਤ ਜੀ ਕਹਿੰਦੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਹਲੇ ਤੱਕ ਇੱਥੇ ਨਹੀਂ ਪਹੁੰਚੇ ਆ ਫਿਰ ਆਮ ਲੋਕਾਂ ਦੀ ਆਵਾਜ਼ ਜਿਹੜੀ ਆ ਪ੍ਰਸ਼ਾਸਨ ਤੱਕ ਕਿਸ ਤਰ੍ਹਾਂ ਪਹੁੰਚੂਗੀ ਜੇਕਰ ਹਰ ਗੱਲ ਦੇ ਲਈ ਜਿਹੜੇ ਨੇ ਧਰਨੇ ਲਾਉਣੇ ਪੈ ਰਹੇ ਨੇ ਦੇਖੋ ਇਹ ਹੁਣ ਸਰਕਾਰ ਨੂੰ ਅਸੀਂ ਜਿਵੇਂ ਧਰਨੇ ਲਾਉਂਦੇ ਹਾਂ ਹੜਤਾਲਾਂ ਕਰਦੇ ਹਾਂ ਭੁੱਖ ਹੜਤਾਲ 'ਤੇ ਬੈਠਦੇ ਹਾਂ
पर उन्होंने बिल्कुल ही नहीं कहते जू सरकती। मुश्किल भुख हड़ताल से पवन जी बैठे ने, मुश्किल बहुत ने। आम आदमी पार्टी ने समर्थन देने का जिहड़ा इन्होंने ऐलान कर दिता। हलका इंचार्ज फतेहगढ़ साहब लखवीर सिंह राय साढ़े नाल ने। राय साहब, आखिर कदों तक जिहड़ा हक लैण लई धरने प्रदर्शन करने पैणगे? देखो, मैं एक स्पष्ट करना चाहुंदा कि साढ़े बहुत ही सत्कारयोग पवन कुमार शर्मा जी 10 तरीक तो बैठे ने। ये जिहड़ी तुसीं गल करदे सी आम आदमी पार्टी का धरना नहीं, इत्थे लोकल जिहड़े बसिंदे ने 13 नंबर वार्ड के बसिंदे उन्हां दा धरना है। और इतों के जो साडे एमसी सत्कारयोग भैण आसा राणी जी साडे आम आदमी पार्टी के एमसी ने और आम लोगों के एमसी ने। इस तरह असी जिहड़े इन्हां दी सपोर्ट दे विच आए हां। असी ओपोजिशन च होंदे होए बेनती बहुत बार कर ली सरकार नूं, कुलजीत सिंह नागरा नूं, कि इन्हां दी गल सुणो। असी आके प्रेस च भी लिया, सोशल मीडिया से भी लिया कि इन्ना बुरा हाल है और लोगों ने बहुत बड़े लैवल ते उन्हूं देखिया। और लोग जिहड़े कमेंट्स पढ़ के देख लें, लोगों की मंग है कि इन्हां नूं सही किया जाए। पर सरदार कुलजीत सिंह नागरा और उन्होंने मिसिज की पता नहीं की उन्होंने कहने पावर इन्नी चढ़ी है कि वो लोगों के मुद्दों की गल सुनने तैयार ही नहीं, लोग अपनी ओपोजिशन गल सुनने तैयार ही नहीं। जबकि उन्होंने इतने आके इन्हों जायज़ मंगा मननिया चाहिए, सारी जायज़ मंगा ने। देखो, स्ट्रीट लाइट इन्हों की नहीं हैगी, खड्डे जिहड़े सीवरेज के खुले पे ने बच्चे गिर सकते हैं, पानी गोडे गोडे जब बारिश होगी देखियो सारे घर पानी वड़दा है। जे असी स्मार्ट सिटी की गल करते हैं, मैं कहना यह पिंडां नालों भी माड़ा हाल है संसार जी, ये पिंडा नालों भी बहुत माड़ा हाल है साढ़े वार्ड का। असी बेनती करते हैं सरकार नूं, प्रशासन नूं, कि तुहाडे कोल 3 महीने का टाइम है, तुसी लोगों नूं जांदे होए कोई चंगी गल तां कर जो, 4.5 साल नहीं किया कोई तो लोग माड़ी मोटी राहत दिओ। तुहानूं चुणिया लोगों ने, बहुत वड्डी तादाद विच वोटां पाईआं ने। अज लोग इत्थे धरनिआं ते बैठे, पहली बार हो रहा फतेहगढ़ साहब च सरां च कि हर एक थां धरने तो बगैर कोई काम हुंदा ही नहीं, धरने ते बैठना पैंदा लोगों नूं, फिर माड़ा मोटा सुनवाई करदा प्रशासन दा, यह हाल है। कुलजीत सिंह नागरा कहिंदे ने कि दो बार इत्थे तो MLA जित के बहुत कम किए ने, उन्हां दी वर्डिंग है कि मैं तीजी बार भी इत्थों लोग मैनू फतवा दे के जिहड़ा विधानसभा भेजणगे। पर जो तुसीं हालात दस रहे हो, तुहानूं लगदा कि कांग्रेस इत्थे सरवाइव कर पाऊगी? देखो, पहली बार का जो चुने गए सी ओपोजिशन सी, लोगों नूं इह सी भी जदों सरकार बणू, हुण सरकार बणी है उन्हां दी। और जिन्हें हुण धरने लगदे, पहलां कुलजीत सिंह नागरा जी धरना लाउंदे हुंदे सी, ठीक है, और साडा MLA ही सब बदकिस्मती नाल बन गया लोगों का कि हुण सारे नूं धरने लाने पै रहे ने, काम कोई हुंदा नहीं, ठीक है। जिते थोड़े सामने सानीपुर रोड है, सब तो पहला उन्होंने धरना उत्थे लाया, और लोगों का हाल देख लो कि है। जब बारिश होंदी है लोग लोंदे रोंदे ने उत्थों, कोई साडी धी भैण नहीं लंघ सकते, कोई आम बसिंदा नहीं उत्थों लंघ सकता। और ये शहर के अंदरले हालात ने, गल की करते हैं असं स्मार्ट सिटी फतेहगढ़ साहब बना रहे हैं, थोड़े सामने ने, लोगों की सुनो गल, साडी ना सुनो, असं ओपोजिशन है, लेकिन असी लोगों की आवाज़ चकांगे, चकते रहेंगे। साढ़े तो बड़े दबाव पाए जा रहे साढ़े वर्कर साहबान से, साढ़े वलंटियर साहबान से, कि असं थोड़े केस करा, जब असी जाके उत्थे गल करते हैं कि तुसी जिहड़ा एस्टीमेट चार थोड़े की है, आ तुसी पाइप लाने ने, आ कंपनी दे लाने, तुसी ला डुप्लीकेट रहे हो, फिर भजदे ने ठेकेदार। कल भी तुसी सोशल मीडिया देखिया, फिर ठेकेदार उत्थे खड़दे नहीं, जे सच्चे ने क्यों नहीं खड़दे, MC नहीं खड़दे। असी लोगों की आवाज़ है, लोगों की आवाज़ चकांगे, इत्थे भी चक रहे साढ़े MC साड़ी भैन सत्कारयोग। मैं समझदा कि पंजाब च नामवर शख्सियत है MCA जिहड़ी काम करदी है और जिहड़ी लोगों च रहिंदी है, ठीक है, लोगों ने मुद्दे चकती है। मैं सलाम करदा साढ़े इसदे साड़ी तिना भैणा MCA नूं जिन्हां ने एक मुद्दा चक दिखाया कि ओपोजिशन क्या हुंदी है। सो असी लोगों के मुद्दे चकांगे और कुलजीत सिंह नागरा नूं जिहड़ा तुसीं कहिंदे 3 साल बाद तीजी बार टर्म च उह कहिंदे सी जित के आउणा, ये लोग जवाब देने लई तैयार बैठे ने। इलैक्शन का टाइम आउण दिओ, तुहानूं लोगों ने महल्लिआं च पिंडां च बढ़ नहीं देना। सो आम आदमी पार्टी दे वल्लों समर्थन इस धरने दा कीता जा रहा, वार्ड नंबर 13 दे विच जो धरना प्रदर्शन विकास कार्यां नूं लेके जो मठे हो चुके ने उन्हां नूं लेके कीता जा रहा। लोकल वसनीक ने इत्थे दे बापू जी किन्नी उम्र है जी? मैं 77 साल हो गई। 77 बापू जी, 77 साल दी उम्र दे विच इन्नी गर्मी दे विच धरने लाउणे पै रहे ने, की कारण बन गया? कारण इह कि सरकार जिहड़ी है कम नहीं करके राजी, बयानबाजी बहुत करती है, अखबारा दे दी, फोटो दे दी, आ कम कर सी, आ करता, कोई कम नहीं करते। आ 5 साल हो गए सामने देखते हो, रेलवे रोड तो लगे GT रोड तक बुरा हाल है जी, जी इतों चौंक तो ऐ पट्टी रोड जाता वो 3 दफा बन चुकी है, वह हूँ भी बुरा हाल है। सानीपुर रोड चले जाओ, वह बुरा हाल है कि पट के रखता बीबी जी ने कि आई उ पा के काली बजरी, इन्होंने फोटो खिचा के अखबारा दे दी कि लोगों सहूलत वास्ते मैं ये सेवा कर रही हाँ, बिल्कुल नहीं करते है, ना किसी सुनवाई करते हैं, ना नागरा साहब मिले, मैं इन्हों
डेढ़ महीना मगर मगर फिर इलेक्शन च। अच्छा जी, अपना कम छड़ के कार्ड छड़ के घरों वेले हो गए, इन्हों के नाल तुरे फिर असं पिंड भी गए, शहर भी घूमे, जिते जाकर जिस तरह अपरोच बनती थी आप भाई साहब बैठे साढ़े पुराने मित्र है भी, तो इन्हों कहने सरकार कम नहीं कर रही, सरकार जो वायदे कर रही है वो बिल्कुल नहीं निभा रही। मुलाजम आदमी रोड डांगा खाते पुलिस तो, ये लुटते भी हमें बढ़ते भी हैं कुटते भी हैं। नंबर पहली दो कि जिन्हें इन्हें कोठियाँ किसी गिरी हुई मैं देखी, जे घर मुझे सड़क जाती बिल्कुल साफ परेन पई है ना, फर्श गिरे दबे देखे इन्हों के लोगों के घर फर्श क्यों दबदे ऐ पूछते सी इन्हों, इन्हों वास्ते इन्हें खजाना भरया होया, लोगों को देने वाले खजाना खाली है। बजुर्गों वालों वड्डे सवाल जिहड़े खड़े किए गए ने कि आम लोगों लई सरकार दा खजाना जिहड़ा उह खाली आ, जबकि लीडर्स MLA लई हमेशा जिहड़ा खजाना भरिया गया। MLA साहब तो कुलजीत सिंह नागरा से सवाल चके गए हैं कि विकास के वड्डे वड्डे दावे वादे जिहड़े ने उह करदे ने, पर ग्राउंड ते जे गल करिए कुछ नहीं जिहड़ा होया, जो भुख हड़ताल दे बैठे ने उन्हां वल्लों ऐलान कर दिता गया कि जेकर हालात यही रहे तो असीं आम आदमी पार्टी जिहड़ा समर्थन करांगे। देखना यह होवेगा कि MLA साहब जो इन्हों मंग पत्र भी दे चुके आम पब्लिक जी वार्ड नंबर 13 की, देखना यह होगा कि उन्होंने मंग पत्रां ते जां इत्थे भुख हड़ताल ते रोज़ बैठते हैं कदों तक कार्रवाई होंदी आ। शहर दियां महल्ले दियां बीबियां ने जिहड़ियां बजुर्ग मामा ने वह भी अज धरने ते बैठिया ने। माता जी किन्नी उम्र होगी थोड़ी? साढ़े 65 तो उपर होगी। 65 साल तो? हाँ। माता जी आ बापू जी 77 साल के दसते ने, थोड़ी 65 की इन्नी उम्र के इन्नी गर्मी के धरने क्यों? ये धरने इस वास्ते ने भी साड़िया गलियां का साढ़े महल का कोई सुनने वाला नहीं है, बस साढ़े महल के आके एक बार वोटा लेके मुड़ के आ एक बार ए कहते हैं आ तोड़ा तुहानू आ भी सहूलत मिलू सानू भी सहूलत मिलू, सानू कोई सहूलत नहीं मिल रही, साढ़े गटर भी बंद, नालियां का ना एक बार पट के पा गए सी पानी का सप्लाई का, मुड़ के साड़िया गलिया की किसी ने सार नहीं, दो साल हो गए उस तरह गलिया पट्टिया पईयां, कोई मतलब इतने कोई किसी का हाल नहीं निकलता। MLA साहब कुलजीत सिंह नागरा ने उन्हां नाल थोड़ी इस मुद्दे ते कोई गलबात हुंदी आ? साडे मतलब घर आके भी उन्होंने करिया मीटिंग होई। अच्छा। मीटिंग पास करके भी उन्होंने फिर भी सानू एह जे चक्कर च पाता भी जिदन दा साडा मतलब ये आम आदमी पार्टी जित गई साढ़े ना मतलब गली दे विच दरायत रखण लग गए। अच्छा, MLA साहब दे थोड़े घर आके मीटिंग करी, मतलब थोड़ा कांग्रेसी परिवार सी जिहड़ा? नहीं नहीं, हां जी, साडा कोई कांग्रेसी परिवार नहीं, पता नहीं उन्होंने जिद बैंस कढ़न वास्ते कोई पता नहीं की हुआ करन वास्ते, साडी कोई पार्टी किसे नाल नहीं थीगी, साडा दा महल्ले जिथे महल्ले च रहने हुने साडी तो उही पार्टी है महल्ले दे विच रहने वाले, सिर्फ सानू सहूलत मिलनी चाहिए। देखो GIC बच्चों की कटते ने, सानू ओहदा नहीं कख मिलता, सहूलत बड़ेपे बड़ेपे बारे सब सहूलत मिलनी चाहिए है, फिर साढ़े बच्चों के बच्चे ने साढ़े बच्चों सहूलत नहीं मिलती, साढ़े नालियों की सहूलत नहीं मिलती, साड़ी गलियों की सहूलत नहीं मिलती, सानू कोई हल तो मिले, साड़ी बुढ़ापे की पेंशन भी 700 तो वध नहीं वधाउंदे, साढ़े कोई हल नहीं निकल रहा, इन्ना बेईमान कांग्रेस, साड़ी पंजाब सरकार निगरी हो इन्नी दिल्ली 3000 रुपया पेंशन का मिल रहा है, की गल साढ़े बोझे बच्चे से पैणगे, असी अपने सिर ते भी हो सकते हैं, साढ़े सिर ते होना चाहिए बच्चा, जब बच्चा GIC भरते हैं बच्चों सारी बच्चों की सहूलत मिलनी चाहिए, सानू गलियों की सहूलत मिलनी चाहिए, क्यों नहीं मिल रही? असं पंजाब सरकार नू खुद कहने भी मुर्दाबाद आ, मुर्दाबाद आ। हाँ, इमोशनल भी माता जी गल्लां करदे होए ने सवाल खड़े किए ने कि जेकर दिल्ली दे विच सरकार जिहड़ी आ 3000 रुपया पेंशन कर सकदी आ तां पंजाब दे विच क्यों नहीं, की खजाने जिहड़े ने आम लोगों के लिए खाली ने सरकार जी? माता जी की 65 साल की उम्र आ, बापू जी ने 77 साल की उम्र आ, सवाल थोतों किए ने, थोड़ा फर्ज बन जाता कि इन्हों सवालों का जरूर जवाब दो माण योग MLA कुलजीत सिंह नागरा साहब। मुख्यमंत्री पंजाब कैप्टन अमरिंदर सिंह वल्लों ने कहा विकास की हनेरी जिहड़ी आ पंजाब दे विच इक चल रही आ, पर ग्राउंड रियलिटी गल करिए तां कुछ होर बयान करती आ। प्राइड पंजाब TV देखते रहो। ताज़ा खबरां ते नवीं जानकारी भरपूर वीडियोज़ वेखण लई सबसक्राइब करो साडा यूट्यूब चैनल प्राइड पंजाब TV, तो साडा फेसबुक पेज प्राइड पंजाब TV नूं फॉलो जरूर करो ते नाल ही नाल इस नूं लाइक भी कर लवो।